हेलो, मेरा नाम चौधरी रजिंद्र ने जरा ते मैं पलोरिनी जिला जट हैगा। क्रिश्चियनिटी सिखी ते इस्लाम रियल इस्लाम का प्रचार करता है। रियल इस्लाम जड़ा हैगा शरिया फ्री हैगा। ये जड़ा शैतान हैगा ए हुन जड़ा इस्लाम हैगा मुल्ला दा हैगा। इंश मुल्ला दा क्या इस्लाम, इंश अल्लाह दा इस्लाम जड़ा अल्लाह सूरज हैगा, चंद तारा नहीं हैगा। ते जड़ा असली इस्लाम है सतगुरु नानक देव जी ने ओदा प्रचार किया। हुक्म रजाई चलना नानक लिखिया नाल, ये इस्लाम है। इत्थे मैं कर रहा भगत कबीर जी दी बाणी श्लोक, सफा हैगा 692। ये हैगा राम सिमर राम सिमर राम सिमर भाई, तीन री आयागा। ये चार है ना बिरतियां, हुमे मन बुद्धि ते चित। हुमे जिहड़ा हुंदा उहदे हुंदा वी उहदे च विचार शक्ति नहीं हुंदी, यानी कि वह बाणी नहीं समझ सकता। उहदे लई बाणी आउंदा ना तुक चुप भुखिया सोचिया सोचना होई जे सोची लखवार, उहदे लई आउंदी हैगी। ते जिहड़ा हैगा मन दा हुंदा चेला, उहदे लई आउंदी हैगी छुपिया छुपना हुई जी लै रहा लवतार। जिहड़ा बुद्धि दे हेठ हुंदा उहनूं हुंदी भुख हुंदी नाम दी, उहनूं हैगा वी भुखिया भुख ना उतरे जबन्ना पुरिया पार। चौथी चित्त बिरती दा जिहड़ा आदमी हुंदा उह तां आदमी अकाल पुरख दा स्पोक्समैन हुंदा हैगा, उहनूं नहीं जरूरत हैगी कुछ सिखण दी। सहन स्यापा लखों तां इक न चले नाल, उह फिर आपे बुलाउंदा हैगा जो उह धुरती बाणी बोलदा। फिर राम नाम सिमर बिन बुढ़ते अधकाई, बुढ़ते संसार समुंदर दियां वकारां दियां लहरां विच डुबदे हन। बुढ़ते अच्छा डुबदे हन, अधकाई अधे च रह जांदे ने, यानी कि वो अगे नहीं जा सकते। बहुत जीव अधकाई है, बहुत जीव बहुत सारे जड़े ने एदी च लहरां च डुब जांदे ने। बिनता सुत दे ग्रह संपत सुखदाई, जड़ी हैगी कहिंदे जड़ी औरत हैगी वहुटी सुत पुत्र दे शरीर ग्रह घर, ये हैगा संपत दौलत। संपत दौलत सुखदाई, सुख देने वाले हैं, इन्हां नाल सुख मिलता हैगा सुखदाई। इनमें कुछ नहां तेरो काल अवध आई, इन्हां च जड़ा ना काल मौत जदों आउंदी गी ते अखीरला समा अवध अखीरले उदों ते कोई साथ नहीं दिंदा। ਇਹਦੇ ਚ ਕੋਈ ਵਿੱਚ ਤੁਹਾਡਾ ਅਧਿਕਾਰ ਨਹੀਂ ਹੈਗਾ, ਕੋਈ ਕੋਈ ਸਾਥ ਨਹੀਂ ਦਿੰਦਾ। ਇੱਕ ਰਾਮ ਦਾ ਨਾਮ ਸਾਥ ਦਿੰਦਾ ਹੈਗਾ। ਅਜਾਮਲ ਗੱਜ ਗਿਣਕਾ ਪਤਤ ਕਰਮ ਕੀਨੇ, ਅਜਾਮਲ ਭਾਗਵੰਤ ਦੀ ਕਥਾ ਦੀ ਹੈ ਕਿ ਇਹ ਇੱਕ ਬ੍ਰਾਹਮਣ ਅਜਾਮਲ ਕਨੌਜ ਦੇ ਰਹਿਣ ਵਾਲੇ ਦਾ ਇੱਕ ਵੇਸਵਾ ਨਾਲ ਮੋਹ ਪੈ ਗਿਆ। ਸਾਰੀ ਉਮਰ ਵਕਾਰਾਂ ਵਿੱਚ ਹੀ ਗੁਜ਼ਾਰਦਾ ਰਿਹਾ, ਪਰ ਆਪਣੇ ਇੱਕ ਪੁੱਤਰ ਦਾ ਨਾਮ ਨਾਰਾਇਣ ਰੱਖਣ ਕਰਕੇ ਸਹਿਜੇ ਸਹਿਜੇ ਨਾਰਾਇਣ ਪ੍ਰਭੂ ਨਾਲ ਹੀ ਲਿਵ ਬਣਦੀ ਗਈ। ਅਤੇ ਇਸ ਤਰ੍ਹਾਂ ਵਕਾਰਾਂ ਵੱਲੋਂ ਉਪਰਾਮ ਹੋ ਕੇ ਭਗਤੀ ਵਿੱਚ ਲੱਗਾ। ਇਹ ਹੈਗਾ ਵੀ ਜਦੋਂ ਬ੍ਰਾਹਮਣ ਸੀਗਾ ਆਪਣੇ ਇਹ ਕੌਮ ਦਾ ਪਤਾ ਨਹੀਂ ਕੋਈ ਕੀ ਸੀਗਾ, ਅਤੇ ਇਹ ਬ੍ਰਾਹਮਣ ਵਰਨ ਹੈਗਾ ਕੌਮ ਨਹੀਂ ਹੈਗੀ, ਅਤੇ ਉਹਨੇ ਆਪਣੇ ਵਿਆਹ ਕਰ ਲਿਆ ਇੱਕ ਕੰਜਰੀ ਨਾਲ, ਅਤੇ ਉਹਦੇ ਨਾਲ ਪਿਆਰ ਹੋ ਗਿਆ। ਤਾਂ ਉਹ ਹੁਣ ਇਹ ਜਿਹੜਾ ਹੈਗਾ ਇਹ ਮੋਰਲ ਲਾਅ ਦੇ ਬਰਖਿਲਾਫ ਕੀਤਾ,
ਜਦੋਂ ਮੋਹਰੋਂ ਲਾ ਦੇ ਬਰਖਿਲਾਫ਼ ਕੀਤਾ ਤੇ ਉਹ ਜਿਹੜੇ ਬਾਕੀ ਦੇ ਸੀ ਘਰਾਂ ਦੇ ਜਾਂ ਹੋਰ, ਉਹਨਾਂ ਨੇ ਕਹਿ ਦੇ ਤੂੰ ਚੰਗਾ ਨਹੀਂ ਕੰਮ ਕੀਤਾ ਤੇ ਉਹਨੂੰ ਕੱਢ ਦਿੱਤਾ। ਕਹਿੰਦੇ ਜਾ ਹੁਣ ਤੂੰ ਜੰਗਲਾਂ 'ਚ ਰਹੋ ਦੋਨੋਂ ਜਾਣੇ। ਜੰਗਲ ਜਿਹੜੇ ਹੈਗੇ ਨੇ ਇਹਨੂੰ ਕਹਿੰਦੇ ਵਿਲਡਰਨੈਸ, ਇਹਦੇ 'ਚ ਜਿਹੜੇ ਨਾ ਸਾਧੂ ਰਹਿੰਦੇ ਨੇ ਜਿਨ੍ਹਾਂ ਦੀ ਕੋਈ ਵੀ ਜਾਤ ਜੂਤ ਦਾ ਕੋਈ ਤੁਲਕ ਨਹੀਂ ਹੁੰਦਾ। ਇਸ ਕਰਕੇ ਇਹ ਦੋਨੋਂ ਫਿਰ ਉੱਥੇ ਵਿਲਡਰਨੈਸ 'ਚ ਰਹਿਣ ਲੱਗ ਪਏ ਅਤੇ ਸਾਧੂਆਂ ਵਾਂਗ, ਅਤੇ ਇਹਨਾਂ ਨੇ ਫਿਰ ਉਹ ਜਿਹੜੇ ਆਉਣੇ ਜਾ ਰਹੇ ਉਹਨਾਂ ਦੀ ਸੇਵਾ ਕਰਨੀ, ਸਾਧੂਆਂ ਨੂੰ ਅਤੇ ਖਿਲਾਉਣਾ ਪਿਲਾਉਣਾ। ਅਤੇ ਇਹਨਾਂ ਦਾ ਫਿਰ ਕਿਉਂ ਉੱਥੋਂ ਕੱਢੇ ਹੋਏ ਸੀ ਨਾ, ਇਹਨਾਂ ਨੇ ਫਿਰ ਆਪਣੀ ਭਗਤੀ ਕੀਤੀ, ਪਿਆਰ ਸੱਚਾ ਸੀਗਾ ਅਤੇ ਭਗਤੀ ਕਰਕੇ ਤਾਂ ਇਹ ਫਿਰ ਅਕਾਲ ਪੁਰਖ ਨੂੰ ਪਾ ਗਏ, ਨਾਮ ਪਾ ਗਏ ਨਾਰਾਇਣ। ਨਾਰਾਇਣ ਹੈਗਾ ਵੀ ਮਾਇਆ ਤੋਂ ਰਹਿਤ। ਅਤੇ ਇਹ ਹੈਗਾ ਇਹਨਾਂ ਦਾ ਕਿ ਜਦੋਂ ਉਹਨਾਂ ਨੇ ਆਪਣੀ ਭਗਤੀ ਕੀਤੀ ਤਾਂ ਉਹਨਾਂ ਦੀ ਭਗਤੀ ਮਨਜ਼ੂਰ ਹੋ ਗਈ। ਯਾਨੀ ਕਿ ਜਿਹੜਾ ਆਦਮੀ ਪਹਿਲਾਂ ਜਦੋਂ ਹੁੰਦੇ ਸੀ ਬ੍ਰਾਹਮਣ ਚੰਗੇ ਹੁੰਦੇ ਸੀ ਨਾ, ਉਦੋਂ ਜੇ ਕਿਸੇ ਨੇ ਅਕਾਲ ਪੁਰਖ ਦਾ ਜਾਂ ਭਗਤੀ ਮਾਰਗ ਦਾ ਕੰਮ ਕਰਨਾ ਸੀ ਨਾ ਜਾਂ ਅਕਾਲ ਪੁਰਖ ਨੂੰ ਧਿਆਉਣਾ ਸੀ, ਉਹਨੂੰ ਉਹ ਘਰ ਬੈਠਾ ਨਹੀਂ ਸੀ ਕਰ ਸਕਦਾ, ਉਹਨੂੰ ਜੰਗਲਾਂ 'ਚ ਜਾਣਾ ਪੈਂਦਾ ਸੀਗਾ, ਉੱਥੇ ਜਾ ਕੇ ਉਹਨੂੰ ਭਗਤੀ ਕਰਨੀ ਪੈਂਦੀ ਸੀ। ਅਤੇ ਇਹ ਫਿਰ ਜੰਗਲਾਂ 'ਚ ਗਏ ਸੀ, ਇਹਨਾਂ ਨੂੰ ਕੱਢ ਦਿੱਤਾ ਸੀ ਕਿ ਉਹ ਤੂੰ ਆਪਣੇ ਐਸ ਕੌਮ ਦਾ ਹੋ ਕੇ ਅਤੇ ਐਸ ਕੌਮ ਦੀ ਜਨਾਨੀ ਨਾ ਕਰ ਲਈ, ਇੱਦਾਂ ਦੀ ਜਨਾਨੀ ਨਾਲ ਤੂੰ ਵਿਆਹ ਕਰ ਲਿਆ। ਅਤੇ ਇਸ ਕਰਕੇ ਉਹਨੂੰ ਫਿਰ ਫਿਟਕਾਰ ਕਰਕੇ ਕੱਢਿਆ ਸੀਗਾ, ਮੋਰਲ ਫਿਟਕਾਰ। ਲੇਕਿਨ ਉਹਦਾ ਪਿਆਰ ਸੱਚਾ ਸੀ, ਉਹ ਫਿਰ ਅਕਾਲ ਪੁਰਖ ਨੂੰ ਪਾ ਗਿਆ ਅਤੇ ਉਹਨੇ ਫਿਰ ਉਹਨਾਂ ਨੂੰ ਮੁਕਤੀ ਦੇ ਦਿੱਤੀ, ਮੁਕਤੀ ਕਮਾ ਗਿਆ। ਇਸੇ ਤਰ੍ਹਾਂ ਜਦੋਂ ਲੋਕ ਆਪਣੇ ਬ੍ਰਾਹਮਣ ਚੰਗਾ ਸੀ ਤਾਂ ਘਰਾਂ 'ਚ ਬਹਿ ਕੇ ਨਹੀਂ ਸੀ ਕਰਦੇ, ਜੰਗਲਾਂ 'ਚ ਚਲੇ ਜਾਂਦੇ ਸੀ, ਉੱਥੇ ਫਿਰ ਤਪੱਸਿਆ ਕਰਦੇ ਸੀ ਅਕਾਲ ਪੁਰਖ ਦੀ, ਰਾਮ ਦੀ। ਰਿਸ਼ੀ ਮੁਨੀ ਉਹਨਾਂ ਨੇ ਫਿਰ ਜਿਹੜੇ ਵੇਦ ਵੂਦ ਸਭ ਲਿਖੇ, ਇੱਦਾਂ ਹੀ ਲਿਖੇ ਨੇ। ਅਤੇ ਇਸ ਤਰ੍ਹਾਂ ਕਲਯੁੱਗ 'ਚ ਇਹ ਇਹਨਾਂ ਨੇ ਵੀ ਆਪਣਾ ਕੀਤਾ। ਕਲਯੁੱਗ 'ਚ ਬ੍ਰਾਹਮਣ ਹੋ ਜਾਂਦੇ ਨਿਕੰਮੇ, ਜਦੋਂ ਇਹ ਨਿਕੰਮੇ ਹੋ ਜਾਂਦੇ ਤਾਂ ਫਿਰ ਸਤਿਗੁਰ ਮਤ ਵੇਲਾ ਚੱਲਦਾ ਹੈਗਾ। ਸਤਿਗੁਰ ਮਤ ਵੇਲਾ, ਸੱਤ ਦਾ ਗੁਰ ਜਾਣੇ, ਸੱਤ ਗੁਰ, ਗੁਰ ਹੁੰਦਾ ਢੰਗ, ਜਿਹਨੂੰ ਸੱਤ ਦਾ ਢੰਗ ਆਵੇ ਉਹ ਵੇਲਾ ਹੈਗਾ ਅੱਜ ਕੱਲ੍ਹ। ਅਤੇ ਇੱਥੇ ਤੁਸੀਂ ਘਰੇ ਬੈਠੇ ਤੁਸੀਂ ਕਰ ਸਕਦੇ, ਕਿ ਬ੍ਰਾਹਮਣ ਆਪ ਨਿਕੰਮੇ ਅਤੇ ਦੂਜਿਆਂ ਨੂੰ ਕੀ ਤਾਰ ਦੇਣਗੇ, ਆਪ ਡੁੱਬੇ ਹੋਏ ਨੇ ਤੂੰ ਦੂਜਿਆਂ ਨੂੰ ਕਿੱਦਾਂ ਤਾਰ ਦੇਣਗੇ। ਅਤੇ ਇਸ ਕਰਕੇ ਇਹ ਕਲਯੁੱਗ 'ਚ ਇਸ ਸਤਿਗੁਰ ਮਤ ਵੇਲਾ ਹੈਗਾ, ਸ਼ਬਦ ਗੁਰੂ ਸਤਿਗੁਰ ਮਤ ਵੇਲਾ, ਪਵਨ ਆਰੰਭ ਸਤਿਗੁਰ, ਪਵਨ ਆਰੰਭ ਸਤਿਗੁਰ ਮਤ ਵੇਲਾ। ਅਤੇ ਇਸ ਕਰਕੇ ਇਸ ਘਰ ਬੈਠੇ ਤੁਸੀਂ ਇੱਥੇ ਆਪਣੇ ਅਕਾਲ ਪੁਰਖ ਨੂੰ ਧਿਆ ਸਕਦੇ ਹੈਗੇ ਆ, ਤੁਹਾਨੂੰ ਜੰਗਲਾਂ 'ਚ ਲੋੜ ਨਹੀਂ, ਜਾਣ ਦੀ ਲੋੜ ਨਹੀਂ ਹੈਗੀ। ਤੇ ਜਾਮਲ ਗੱਜ ਗਨਕਾ, ਗੱਜ ਸੀਗਾ ਹਾਥੀ। ਭਗਵਤ ਦੀ ਇੱਕ ਕਥਾ ਹੈ ਕਿ ਸ਼ਰਾਪ ਦੇ ਕਾਰਨ ਇੱਕ ਗੰਧਰਵ ਹਾਥੀ ਦੀ ਜੂਨੇ ਆ ਪਿਆ, ਸਰੋਵਰ ਵਿੱਚ ਪਾਣੀ ਪੀਣ ਹੋਏ ਪੀਣ ਗਏ ਨੂੰ ਇੱਕ ਤੰਦੂਏ ਨੇ ਫੜ ਲਿਆ। ਪਰਮਾਤਮਾ ਦੇ ਅਰਾਧਨ ਦੇ ਨੇ ਇਸ ਨੂੰ ਉਸ ਵਿਪਤਾ ਤੋਂ ਬਚਾਇਆ। ਗਨਕਾ ਵੇਸ਼ਵਾ ਇੱਕ ਨੂੰ ਇਸ ਨੂੰ ਇੱਕ ਮਹਾਤਮਾ ਵਿਕਾਰੀ ਜੀਵਨ ਵੱਲੋਂ ਬਚਾਉਣ ਲਈ ਰਾਮ ਰਾਮ ਕਹਿਣ ਵਾਲਾ ਇੱਕ ਤੋਤਾ ਦੇ ਗਿਆ। ਉਸ ਤੋਤੇ ਦੀ ਸੰਗਤ ਵਿੱਚ ਇਸ ਨੂੰ ਰਾਮ ਸਿਮਰਨ ਦੀ ਲਗਨ ਲੱਗ ਗਈ ਅਤੇ ਵਿਕਾਰਾਂ ਵੱਲੋਂ ਇਹ ਹਟ ਗਈ। ਪਤਿਤ ਕਰਮ ਵਿਕਾਰ ਹੁੰਦੇ ਨੇ, ਤਿਉਂ ਇਹ ਵੀ। ਚਲੋ ਇਹ ਹੁਣ ਇਹਦੀ ਕਥਾ ਹੁਣ ਪਤਾ ਲੱਗ ਗਿਆ ਕੀ ਮਤਲਬ ਹੈ। ਅਤੇ ਅਜਮਲ ਗੱਜ ਗਨਕਾ ਪਤਿਤ ਕਰਮ ਕੀਨੇ, ਜਿਹੜੇ ਨਾ ਰਾਮ ਸਾਧੂ ਜਿਹੜੇ ਹੈਗੇ ਨੇ ਉਹਨਾਂ ਦੀ ਤੁਸੀਂ
ਸਤਿਗੁਰੂ ਰਾਮਦਾਸ ਜੀ ਕਹਿੰਦੇ ਜੇ ਤੁਸੀਂ ਅੱਗੇ ਵਧਣਾ ਰੂਹਾਨੀ, ਜੋ ਸਤਿਗੁਰੂ ਰਾਮਦਾਸ ਜੀ ਸੀਗੇ ਉਹਨਾਂ ਨੇ ਸਿਕਸ਼ਾ ਦਿੱਤੀ ਹੈਗੀ ਗੁਰਮੁਖਾਂ ਨੂੰ, ਜੇ ਗੁਰਮੁਖਾਂ ਨੂੰ ਕਹਿ ਜੇ ਤੁਸੀਂ ਚੌਥੀ ਬਿਰਤੀ ਚਿੱਤ ਬਿਰਤੀ 'ਚ ਜਾਣਾ ਹੈਗਾ ਤਾਂ ਤੁਸੀਂ ਸਾਧੂਆਂ ਦੀ ਸੰਗਤ ਕਰੋ। ਅਤੇ ਇਹ ਵੀ ਜਿਹੜੀ ਸੀਗੀ ਆਪਣੇ ਅਜਾਮਲ ਅਤੇ ਆਪਣੇ ਸੀ ਗਣਕਾ, ਇਹ ਵੀ ਦਿਲ ਦੇ ਸਾਫ ਸਨ ਅਤੇ ਇਹਨਾਂ ਨੂੰ ਫਿਰ ਸਾਧੂ ਦੀ ਸੰਗਤ ਮਿਲੀ। ਸਾਧੂ ਨੇ ਫਿਰ ਇਹਨਾਂ ਨੂੰ ਫਿਰ ਰਾਮ ਨਾਮ ਦਾ ਛਿੱਟਾ ਦੇ ਦਿੱਤਾ, ਬੀਜ ਬੀਜ ਦਿੱਤਾ ਅਤੇ ਇਹਨਾਂ ਨੇ ਫਿਰ ਰਾਮ ਨਾਮ ਕਰਕੇ ਉੱਧਰ ਗਏ। ਤਿਉਂ ਉੱਤਰ ਪਾਰ ਪਰੇ ਰਾਮ ਨਾਮ ਲੀਨੇ, ਉਹਦਾ ਨਾਮ ਦਾ ਨਾਮ ਲੈਣ ਕਰਕੇ ਉਹ ਪਾਰ ਲੰਘੇ। ਸ਼ੁਕਰ ਕੁਕਰ ਸ਼ੁਕਰ ਸ਼ੁਕਰ ਸੂਰ ਕੁਕਰ ਕੁੱਤੇ ਬਰਮ ਭਟਕਦੇ ਰਹੇ। ਸ਼ੁਕਰ ਕੁਕਰ ਜੋਨ ਬਰਮੇ ਤਿਉਂ ਲਾਜ ਨਾ ਆਈ। ਇਹ ਜਿੱਦਾਂ ਕਹੀਦਾ ਨਾ ਇਹ ਲਾਲਚੀ ਕੁੱਤਾ ਹੈਗਾ ਇਹ, ਅਤੇ ਇੱਦਾਂ ਹੀ ਸ਼ੁਕਰ ਹੈਗਾ ਉਹ ਗੰਦ ਖਾਂਦਾ ਰਹਿੰਦਾ ਹੈਗਾ, ਵੀ ਜਿਹੜਾ ਗੰਦ ਖਾਵੇ ਉਹਨੂੰ ਕਹਿੰਦਾ ਸੂਰ। ਅਤੇ ਇਹ ਜਿਹੜੀ ਜੂਨ ਵਿੱਚ ਹੈਗਾ ਫਰਮੇ ਅਤੇ ਉਹ ਲਾਜ ਨਾ ਆਈ। ਲਾਜ ਜਿਹੜੀ ਸੀ ਵੀ ਉਹ ਲਾਜ ਦਾ ਹੁੰਦਾ ਵੀ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਭਿੱਖ ਖਾਈ। ਰਾਮ ਦਾ ਨਾਮ ਛੱਡ ਕੇ ਅੰਮ੍ਰਿਤ ਜਿਹੜਾ ਹੈਗਾ ਉਹਨੂੰ ਛੱਡ ਕੇ ਤੁਸੀਂ ਆ ਕੇ ਜਿਹੜੀ ਭਿੱਖ ਖਾਂਦੇ ਹਾਂ, ਯਾਨੀ ਵਕਾਰਾਂ ਦੇ ਕੰਮ ਕਰਦੇ, ਕਿਸੇ ਨੂੰ ਧੋਖਾ ਦਿੰਦੇ ਆ, ਕਿਸੇ ਨੂੰ ਕੁਛ ਕਰਦੇ ਆ, ਇਹ ਖਾਧੀ। ਤਜ ਭਰਮ ਕਰਮ ਬਦ ਨਖਿਦ ਰਾਮ ਨਾਮ ਲਈ। ਤਜ ਛੱਡਦੇ ਪਰਮ ਕਰਮ ਜਿਹੜੇ ਹੈਗੇ ਨੇ, ਜਿਹੜੇ ਹੋਰ ਕਰਮ ਹੈਗੇ ਵਿਕਾਰਾਂ ਦੇ ਕੰਮ ਉਹ ਛੱਡਦੇ। ਵਿਦ ਤਰੀਕਾ ਨਖੇਦ ਤਜ ਛੱਡ ਗਏ ਵਿਦ ਕਰਮ, ਉਹ ਕਰਮ ਜੋ ਵਿਧੀ ਅਨੁਸਾਰ ਹੋਣ, ਉਹ ਕਰਮ ਜਿਨ੍ਹਾਂ ਦੇ ਕਰਨ ਦੀ ਆਗਿਆ ਸ਼ਾਸਤਰਾਂ ਵੱਲੋਂ ਮਿਲੀ ਹੋਵੇ। ਨਖਿਦ ਕਰਮ ਉਹ ਕੰਮ ਜਿਨ੍ਹਾਂ ਦੇ ਕਰਨ ਬਾਰੇ ਸ਼ਾਸਤਰਾਂ ਵੱਲੋਂ ਮਨਾ ਹੋਵੇ। ਅੱਛਾ ਵੀ ਆਹ ਕਰਨਾ ਆਹ ਨਹੀਂ ਕਰਨਾ ਹੈਗਾ, ਅਤੇ ਇਹਦੇ 'ਚ ਆਉਂਦਾ ਨਾ ਆਪਣੇ ਇਸ ਦਾ ਹੈਗਾ ਨਾ ਆਪਣੇ ਮਨੋਰਾ ਮਨੋਰੇ ਚ ਹੈਗਾ ਇੱਕ ਪਾਸੇ ਦੇ ਤਿੰਨ ਹੈਗੇ ਨੇ, ਇੱਕ ਪਾਸੇ ਦੇ ਤਿੰਨ, ਇਹ ਹੈਗਾ ਜਿਹੜਾ ਆਪਣੇ ਬਾਲ ਬੱਚੇ ਜਾਂ ਦੂਸਰੇ ਪਾਲਣਾ, ਫਿਰ ਸੰਸਾਰੀ ਤੇ ਇਹ ਹੈਗਾ ਜਿਹੜਾ ਨਾ ਆਪਣੇ ਸ਼ੂਦਰ ਵੈਸ਼ ਤੇ ਖਤਰੀ ਵਰਨ, ਇਹ ਤਿੰਨਾਂ ਦਾ ਜਿਹੜਾ ਨਾ ਕੰਮ ਕਰਨੇ ਹੈਗੇ ਸ਼ੂਦਰ ਵੈਸ਼ ਖਤਰੀ ਨੇ। ਤੇ ਇਹ ਉਲਟ ਹੈਗਾ ਵੀ ਉਹਨਾਂ ਨੇ ਜਿਹੜੇ ਨਖਿੱਧ ਹੈਗਾ ਆਹ ਨਖਿੱਧ ਹੈਗਾ ਆਹ ਠੀਕ ਹੈ ਸ਼ਾਸਤਰਾਂ ਦੇ ਬਾਰੇ ਹੈਗਾ ਜੋ ਵੀ ਕਿਹਾ ਵੀ ਆਹ ਕਰ ਸਕਦਾ, ਆਹ ਨਖਿੱਧ ਹੈਗਾ। ਜਿੱਦਾਂ ਉਹ ਸੀਗਾ ਨਾ ਆਪਣੇ ਅਜਾਮਲ, ਉਹਨੇ ਨਖਿੱਧ ਕੰਮ ਕੀਤਾ ਸੀ ਨਾ, ਇਸ ਕਰਕੇ ਉਹਨੂੰ ਫਿਰ ਕੱਢ ਦਿੱਤਾ ਸੀਗਾ ਬਸਤੀ 'ਚੋਂ, ਅਤੇ ਉਹ ਫਿਰ ਦੋਨੋਂ ਜਾਣੇ ਜੰਗਲਾਂ 'ਚ ਚਲੇ ਗਏ ਸੀਗੇ। ਉਹ ਛੱਡ ਕੇ ਨਹੀਂ ਗਈ ਉਹਨੂੰ, ਉਹ ਵੀ ਨਾਲ ਗਈ ਕਿਉਂ ਪਿਆਰ ਸੱਚਾ ਸੀਗਾ,
तज परम कर्म विद नखिद राम नाम ले ही। राम रही ओदा राम दा नाम लो तुसी ते जड़े बाकी कमल कर्मा कुमा छड़ो। गुर प्रसाद जन कबीर राम कर स्नेही। गुर गुर हुंदा ढंग, जड़ा ढंग ना कीता जा काम ओदा जड़ा प्रसाद हैगा ओ जड़ा तत् मोल हैगा ओ हैगा नाम। गुर नू लॉजिकल रीजनिंग नू गुर कहिदा हैगा, लॉजिकल रीजनिंग ते ओदा जड़ा लॉजिक रीजनिंग दा तत् जड़ा तत् हैगा प्रसाद जड़ा हैगा ओ हैगा लोगो। लोगो हैगा हिज वर्ड नाम ओदा। कहिंदे गुर प्रसाद जन जन हुंदा ओदा बेटा राम दा बेटा। कबीर राम कर स्नेही, उन्हें फिर राम नू अपना साथी बना लिया, स्नेही बना लिया। राम जड़ा अंदर रम रहा है, बाहर नहीं है। तो जदों तुसी ओदे गुर दे हिसाब ने चलना वह तुहाडा फिर स्नेही है। वह कहिंदा हाँ ठीक कर, इतां इह ठीक कर रहा तू। जे तुसी गुर दे नाल नहीं चलना है, आलपताल बोलना है, फिर वह स्नेही नहीं है। तो यह हैगी इहदी व्याख्या। जिदा गुरुद्वारे च आ जाते ना अपने सिख कौम का प्रचार करते ने, सिख का पंथ हैगा, वो जड़े बैठे ने वो सिख कौम बना के अपनी जड़ी होंगी, कोई जट है, कोई तरखान, कोई लोहार, कोई कुछ भी हैगा, उन्हें जवाब देता। दो कौमां नहीं ना हो सकती हैं। तो जो उन्हें जवाब देता फिर वह एक हरामी बनता, जड़ा कि कंजरी के पेट च हरामी पैदा होंदा, उहदे ते भी बदता है। उन्हें कहता सुपर बास्टर्ड फनैटिक डैवल। वो फिर फनैटिक डैवल्स बनते ने, वो फिर बनते ने जड़े फनैटिक अतवादी, वो फिर काम करते बेशर्मी आले। ते जे तुसी गुरप्रसाद चलो फिर तुहाडा राम दा काम, राम दा काम करदे हो उहदा तुहाडा स्नेही हैगा। ये इहदी व्याख्या हैगी। ते कुछ ना कुछ पल्ले पैंदा ही हैगा माड़ा मोटा। ते होप यू एंजॉय।